ਗੱਲ ਕੋਈ ਨੀ, ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਘਰ ਆਇਆ, ਘਰੋਂ ਆ ਕੇ ਮੇਰੇ ਤੋਂ ਪੈਸੇ ਲਏ ਆ ਤੇ ਮੇਲਾ ਦੇਖਣ ਗਿਆ, ਮੁੜ ਕੇ ਵਾਪਸ ਨੀ ਮਿਲਿਆ। ਮੇਲਾ ਕਿਹੜੇ ਪਿੰਡ ਗਿਆ ਵੇਖਣ? ਆਪਣੇ ਲੈੜੀਆਂ। ਉਸ ਤੋਂ ਬਾਅਦ ਕੀ ਗੱਲ ਹੋਈ? ਕੋਈ ਨੀ, ਲੱਭਾ ਨੀ ਮੁੜ ਕੇ। ਅਸੀਂ ਰਾਤ ਦਾ ਦਰਵਾਜ਼ਾ ਖੁੱਲਾ ਰੱਖਿਆ, ਡੀਕਦਰੀ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੰਡੇ ਭੇਜਦੇ ਵੀ ਆਇਆ ਨੀ, ਗੱਲ ਕੀ ਆ ਤੇ ਕਿਤੇ ਨੀ ਲੱਭਾ। ਫਿਰ ਦੂਜੇ ਦਿਨ ਫਿਰ ਭੇਜੇ, ਨਹੀਂ ਗੱਲ ਬਣੀ। ਫਿਰ ਮੈਂ ਗਈ ਪੁਲਿਸ ਚੌਂਕੀ ਤੇ ਉਹਨਾਂ ਵੀ ਨਹੀਂ ਮੇਰੀ ਕੋਈ ਸੁਣੀ। ਫਿਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਦੇ ਅਸੀਂ ਲੱਭਣ ਡਿਆ, ਜਿੱਥੇ ਜਿੱਥੇ ਮਿਲੇ ਉੱਥੇ ਉੱਥੇ ਅਸੀਂ ਪਹੁੰਚੇ ਆ, ਕਿਤੇ ਨੀ ਮਿਲਿਆ। ਕੰਮ ਕੀ ਕਰਦਾ ਸੀਗਾ? ਰੰਗ ਦਾ। ਅੱਛਾ ਜੀ। ਜੀਨ ਦੀ ਹੁਣ ਪੁਰਾਣੀ ਜੀ ਪੈਂਟ ਪਾਦੀ, ਚਿੱਟੀ ਬਨੈਣ ਪਾ ਗਿਆ। ਜੇ ਇਸ ਤੋਂ ਪਹਿਲਾਂ ਗੱਲ ਕਰੀਏ, ਕਦੇ ਅੱਗੇ ਵੀ ਘਰੋਂ ਗਿਆ ਏਦਾਂ? ਨਹੀਂ ਨਹੀਂ, ਅੱਗੇ ਜਾਂਦਾ ਸੀ, ਸ਼ਾਮ ਨੂੰ ਆ ਜਾਂਦਾ ਸੀ ਕੰਮ ਤੇ, ਜਾਂਦਾ ਸੀ ਨਾ ਸ਼ਾਮਾਂ ਨੂੰ, ਭਾਵੇਂ 10 ਵਜਣ 11 ਵਜਣ ਪਹੁੰਚਣਾ ਹੀ ਪਹੁੰਚਣਾ। ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ? ਸਾਡਾ ਮੁੰਡਾ ਲੱਭ ਜਾ ਸਾਨੂੰ, ਅੱਜ ਤੇ ਲੱਭ ਲੱਭ ਕੇ ਸਦਾਈ ਹੋ ਗਿਆ, ਸਾਰਾ ਪਿੰਡ ਗਿਆ ਨਾ ਲੱਭਣ, ਜਿੱਥੇ ਜਿੱਥੇ ਦੱਸ ਪਏ ਉੱਥੇ ਉੱਥੇ ਅਸੀਂ ਗਏ ਹਾਂ। ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ? ਨਾ, ਸਾਡੀ ਕਿਸੇ ਨਾਲ ਲਗਦਬਾਜ਼ ਨੀ। ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ? ਅਸੀਂ ਦਿੱਤੀ ਆ ਆਪਣੇ ਮੰਗਲਵਾਰ। ਠੀਕ ਹੈ। ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਸਨ ਨੇ? ਨਾ, ਜਿੱਦਾਂ ਸਰਪੰਚ ਨੇ ਕਿਹਾ, ਜਿੱਦਾਂ ਸਾਨੂੰ ਪੁੱਛਿਆ ਕਿੱਦਾਂ ਕਿਤੇ, ਜਿੱਦਾਂ ਅਸੀਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਏਦਾਂ ਹੀ ਕੀਤੀ ਵੀ ਘਰੋਂ ਮੇਲੇ ਤੇ ਗਿਆ, ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਸੀ, ਕਿਹਾ ਨਹੀਂ ਕੋਈ ਲੜਾਈ ਝਗੜਾ ਨੀ, ਕਹਿੰਦੇ ਕਿਸੇ ਨਾਲ ਨੀ ਕੁਛ ਨੀ ਤੇ ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਮੈਂ ਕਿਹਾ ਘਰ ਆਇਆ, ਘਰੋਂ ਫਿਰ ਮੇਰੇ ਕੋਲ ਮੇਲੇ ਜੋ ਪੈਸੇ ਲੈ ਕੇ ਗਿਆ ਤੇ ਫਿਰ ਮੁੜ ਕੇ ਰਾਤ ਆਇਆ ਨੀ, ਮੈਂ ਰੋਟੀ ਬਣਾ ਕੇ ਡੀਕਦੀ ਸੀ, ਡੀਕਦੀ ਨਹੀਂ ਆਇਆ। ਦੂਜੇ ਦਿਨ ਫਿਰ ਨੀ ਆਇਆ, ਮੁੰਡੇ ਫਿਰ ਲੱਭਣ ਚੱਲ ਗਏ, ਤੀਜੇ ਦਿਨ ਫਿਰ ਲੱਭਣ ਲੱਭਿਆ ਸੀ, ਫਿਰ ਆ ਗਈ ਧਾਮੀਆਂ ਸਿੰਝ, ਅਸੀਂ ਉੱਥੇ ਹੀ ਪਤਾ ਕੀਤਾ। ਉਹਦੇ ਤੋਂ ਬਾਅਦ ਆ ਗਈ ਮੁਸਾਫੁਰ ਸਿੰਘ, ਉੱਥੇ ਵੀ ਪਤਾ ਕੀਤਾ, ਨਹੀਂ ਲੱਭਿਆ। ਅਸੀਂ ਕਿਹਾ ਸ਼ਾਇਦ ਕਿਤੇ ਮੇਲਿਆਂ ਚ ਨਾ ਹੋਵੇ। ਫਿਰ ਆ ਗਈ ਪੁਰਾਣੇ ਬੰਗਾਲੇ, ਉੱਥੇ ਵੀ ਨਹੀਂ ਲੱਭਿਆ। ਜਦੋਂ ਦੀ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ, ਤੁਹਾਡੇ ਤੋਂ ਕੋਈ ਪੁੱਛ ਗਿੱਛ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ? ਕੁਛ ਨੀ, ਕੁਛ ਨੀ ਕਿਹਾ, ਕੁਛ ਨੀ। ਗੱਲ ਕੋਈ ਨੀ, ਘਰੋਂ ਕੰਮ ਤੇ ਗਿਆ ਤੇ ਕੰਮ ਤੋਂ ਘਰ ਆਇਆ, ਘਰੋਂ ਆ ਕੇ ਮੇਰੇ ਤੋਂ ਪੈਸੇ ਲਏ ਆ ਤੇ ਮੇਲਾ ਦੇਖਣ ਗਿਆ, ਮੁੜ ਕੇ ਵਾਪਸ ਨੀ ਮਿਲਿਆ। ਮੇਲਾ ਕਿਹੜੇ ਪਿੰਡ ਗਿਆ ਵੇਖਣ? ਆਪਣੇ ਲੈੜੀਆਂ। ਉਸ ਤੋਂ ਬਾਅਦ ਕੀ ਗੱਲ ਹੋਈ? ਕੋਈ ਨੀ, ਲੱਭਾ ਨੀ ਮੁੜ ਕੇ। ਅਸੀਂ ਰਾਤ ਦਾ ਦਰਵਾਜ਼ਾ ਖੁੱਲਾ ਰੱਖਿਆ, ਡੀਕਦਰੀ ਮੈਂ ਨਹੀਂ ਆਇਆ ਤੇ ਫਿਰ ਮੈਂ ਸਵੇਰੇ ਮੁੰਡੇ ਭੇਜਦੇ ਵੀ ਆਇਆ ਨੀ, ਗੱਲ ਕੀ ਆ ਤੇ ਕਿਤੇ ਨੀ ਲੱਭਾ। ਫਿਰ ਦੂਜੇ ਦਿਨ ਫਿਰ ਭੇਜੇ, ਨਹੀਂ ਗੱਲ ਬਣੀ। ਫਿਰ ਮੈਂ ਗਈ ਪੁਲਿਸ ਚੌਂਕੀ ਤੇ ਉਹਨਾਂ ਵੀ ਨਹੀਂ ਮੇਰੀ ਕੋਈ ਸੁਣੀ। ਫਿਰ ਮੈਂ ਮਕੇਰਿਆਂ ਗਈ ਸਰਪੰਚ ਨੂੰ ਲਾ ਕੇ ਤੇ ਬਸ ਉਦੋਂ ਦੇ ਅਸੀਂ ਲੱਭਣ ਡਿਆ, ਜਿੱਥੇ ਜਿੱਥੇ ਮਿਲੇ ਉੱਥੇ ਉੱਥੇ ਅਸੀਂ ਪਹੁੰਚੇ ਆ, ਕਿਤੇ ਨੀ ਮਿਲਿਆ। ਕੰਮ ਕੀ ਕਰਦਾ ਸੀਗਾ? ਰੰਗ ਦਾ। ਅੱਛਾ ਜੀ। ਜੀਨ ਦੀ ਹੁਣ ਪੁਰਾਣੀ ਜੀ ਪੈਂਟ ਪਾਦੀ, ਚਿੱਟੀ ਬਨੈਣ ਪਾ ਗਿਆ। ਜੇ ਇਸ ਤੋਂ ਪਹਿਲਾਂ ਗੱਲ ਕਰੀਏ, ਕਦੇ ਅੱਗੇ ਵੀ ਘਰੋਂ ਗਿਆ ਏਦਾਂ? ਨਹੀਂ ਨਹੀਂ, ਅੱਗੇ ਜਾਂਦਾ ਸੀ, ਸ਼ਾਮ ਨੂੰ ਆ ਜਾਂਦਾ ਸੀ ਕੰਮ ਤੇ, ਜਾਂਦਾ ਸੀ ਨਾ ਸ਼ਾਮਾਂ ਨੂੰ, ਉਹਨੇ ਭਾਵੇਂ 10 ਵਜਣ 11 ਵਜਣ ਪਹੁੰਚਣਾ ਹੀ ਪਹੁੰਚਣਾ। ਕੀ ਮੰਗ ਕੀ ਕਰਨੀ ਚਾਹੁੰਦੇ ਹੋ ਪ੍ਰਸ਼ਾਸਨ? ਸਾਡਾ ਮੁੰਡਾ ਲੱਭ ਜਾ ਸਾਨੂੰ, ਅੱਜ ਤੇ ਲੱਭ ਲੱਭ ਕੇ ਸਦਾਈ ਹੋ ਗਿਆ, ਸਾਰਾ ਪਿੰਡ ਗਿਆ ਨਾ ਲੱਭਣ, ਜਿੱਥੇ ਜਿੱਥੇ ਦੱਸ ਪਏ ਉੱਥੇ ਉੱਥੇ ਅਸੀਂ ਗਏ ਹਾਂ। ਕਿਸੇ ਤੇ ਕੋਈ ਸ਼ੱਕ ਹੈ ਤੁਹਾਨੂੰ? ਨਾ, ਸਾਡੀ ਕਿਸੇ ਨਾਲ ਲਗਦਬਾਜ਼ ਨੀ। ਥਾਣੇ ਦਰਖਾਸਤ ਦਿੱਤੀ ਨੂੰ ਕਿੰਨੇ ਦਿਨ ਹੋ ਗਏ ਤੁਹਾਨੂੰ? ਅਸੀਂ ਦਿੱਤੀ ਆ ਆਪਣੇ ਮੰਗਲਵਾਰ। ਠੀਕ ਹੈ। ਕੀ ਤੁਹਾਨੂੰ ਥਾਣੇ ਵਾਲਿਆਂ ਨੇ ਕੋਈ ਭਰੋਸਾ ਦਵਾਇਆ ਉੱਥੇ ਪ੍ਰਸ਼ਾਸਨ ਨੇ? ਨਾ, ਜਿੱਦਾਂ ਸਰਪੰਚ ਨੇ ਕਿਹਾ, ਜਿੱਦਾਂ ਸਾਨੂੰ ਪੁੱਛਿਆ ਕਿੱਦਾਂ ਕਿਤੇ, ਜਿੱਦਾਂ ਤੁਹਾਡਾ ਹੁਣ ਗੱਲ ਕੀਤੀ ਹੈ ਨਾ ਏਦਾਂ ਹੀ ਕੀਤੀ ਵੀ ਘਰੋਂ ਮੇਲੇ ਤੇ ਗਿਆ, ਉਹਨਾਂ ਨੇ ਪੁੱਛਿਆ ਵੀ ਕੀ ਕਿੱਦਾਂ ਵੀ ਲੜਿਆ ਸੀ, ਕਿਹਾ ਨਹੀਂ ਕੋਈ ਲੜਾਈ ਝਗੜਾ ਨੀ, ਕਹਿੰਦੇ ਕਿਸੇ ਨਾਲ ਨੀ ਕੁਛ ਨੀ ਤੇ ਘਰੋਂ ਕੰਮ ਤੇ ਗਿਆ
ਤੇ ਕੰਮ ਤੋਂ ਮੈਂ ਆਖਿਆ ਘਰ ਆ ਘਰੋਂ ਫੇਰ ਮੇਰੇ ਕੋਲ ਮੇਲੇ ਜੋਗੇ ਪੈਸੇ ਲੈ ਕੇ ਗਿਆ ਤੇ ਫੇਰ ਮੁੜ ਕੇ ਰਾਤ ਆਇਆ ਨੀ ਮੈਂ ਰੋਟੀ ਬਣਾ ਕੇ ਡੀਕਦੀ ਨਹੀਂ ਆਇਆ ਦੂਜੇ ਦਿਨ ਫੇਰ ਨੀ ਆਇਆ ਮੁੰਡੇ ਫੇਰ ਲੱਭਣ ਚੱਲ ਗਏ ਤੀਜੇ ਦਿਨ ਫੇਰ ਲੱਭਣ ਲੱਗ ਪਿਆ ਸੀ ਫੇਰ ਆ ਗਈ ਧਾਮੀਆਂ ਸਿੰਘ ਅਸੀਂ ਉੱਥੇ ਹੀ ਪਤਾ ਕੀਤਾ ਉਹਦੇ ਤੋਂ ਬਾਅਦ ਆ ਗਈ ਮੁਸਾਫੁਰ ਸਿੰਘ ਉੱਥੇ ਵੀ ਪਤਾ ਕੀਤਾ ਨਹੀਂ ਲੱਭਿਆ ਅਸੀਂ ਕਿਹਾ ਸ਼ਾਇਦ ਕਿਤੇ ਮੇਲਿਆਂ ਚ ਨਾ ਹੋਵੇ ਫੇਰ ਆ ਗਈ ਪੁਰਾਣੇ ਬੰਗਾਲੇ ਉੱਥੇ ਵੀ ਨਹੀਂ ਲੱਭਿਆ ਜਦੋਂ ਦੀ ਤੁਸੀਂ ਥਾਣੇ ਦਰਖਾਸਤ ਦੇ ਕੇ ਆਏ ਆ ਤੁਹਾਡੇ ਤੋਂ ਕੋਈ ਪੁੱਛਗਿੱਛ ਕੀਤੀ ਉਸ ਤੋਂ ਬਾਅਦ ਪਿੰਡ ਵਾਲੇ ਕੁਛ ਨਹੀਂ ਕੁਛ ਨਹੀਂ